ਦੇਸ਼ ਨਿੰਨੀ ਜਿਵੇਂ ਕਿ ਤੁਸੀਂ ਸਾਰੇ ਲਾਈਵ ਦੇਖ ਰਹੇ ਹੋ ਅੱਜ ਜਲੰਧਰ ਦੇ ਮਹਿਰ ਸਿੰਘ ਭੁੱਲਰ ਸਟੇਡੀਅਮ PAPA ਵਿੱਚ ਰੈਸਲਿੰਗ ਦੀ ਚੈਂਪੀਅਨਸ਼ਿਪ ਹੋ ਰਹੀ ਹੈ ਪੰਜਾਬ ਦੀ ਸਟੇਟ ਚੈਂਪੀਅਨਸ਼ਿਪ ਆਫ ਰੈਸਲਿੰਗ ਪੰਜਾਬ ਅਤੇ ਅੱਜ ਇੱਥੇ ਦੇ ਜਿਹੜੇ ਵਿਸ਼ੇਸ਼ ਮਹਿਮਾਨ ਨੇ ਇੱਕ ਇੱਕ ਕਰਕੇ ਆ ਰਹੇ ਨੇ ਅਤੇ ਉਹਨਾਂ ਵਿਸ਼ੇਸ਼ ਮਹਿਮਾਨਾਂ ਦੇ ਵਿੱਚੋਂ ਇੱਕ ਨੇ ਸਰਦਾਰ ਮਹਿੰਦਰ ਸਿੰਘ ਹੋਰੀ ਜਿਨ੍ਹਾਂ ਦਾ ਕਿ ਇੱਥੇ ਸਮਰਸੈਟ ਇੰਟਰਨੈਸ਼ਨਲ ਸਕੂਲ ਆ ਅਤੇ ਉਹ ਇੱਥੇ ਪਹੁੰਚੇ ਅਸੀਂ ਪੰਜਾਬੀ ਲਾਈਵ ਟੀਮ ਵੱਲੋਂ ਅਤੇ ਇਸ ਸਾਰੀ ਕਮੇਟੀ ਵੱਲੋਂ ਕਰਤਾਰ ਪਰਿਵਾਰਾਂ ਨੂੰ ਪਹਿਲਵਾਨ ਉਹਨਾਂ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਤੁਹਾਡੇ ਪਾਏ ਹੋਏ ਯੋਗਦਾਨ ਬਾਰੇ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਵੀ ਤੁਹਾਡਾ ਕਿਸ ਤਰ੍ਹਾਂ ਦਾ ਯੋਗਦਾਨ ਹੈ ਚੈਂਪੀਅਨਸ਼ਿਪ ਦੇ ਵਿੱਚ। ਮੈਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਇਹ ਗੁਰੂ ਨਾਨਕ ਦੇਵ ਜੀ ਦੇ ਜਿਹੜੇ 550ਵੇਂ ਪੁਰਬ ਦੀ ਖੁਸ਼ੀ ਦੇ ਵਿੱਚ ਜਿਹੜੀ ਰੈਸਲਿੰਗ ਚੈਂਪੀਅਨਸ਼ਿਪ ਹੋ ਰਹੀ ਆ ਇਹ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਹੈ ਇਹ ਜੋ ਮਹਾਂ ਸਿੰਘ ਭੁੱਲਰ ਨੇ ਇਹ ਸਪਨਾ ਸਜੋਇਆ ਸੀ ਜੇ ਸਟੇਡੀਅਮ ਬਣਾਇਆ ਸੀ ਮੈਂ ਸਮਝਦਾ ਕਿ ਵੀ ਜੇ ਇਹਨਾਂ ਵਿੱਚੋਂ ਕੁਛ ਖਿਡਾਰੀ ਵੀ ਆਪਾਂ ਪੈਦਾ ਕਰ ਸਕੀਏ ਜਿਹੜਾ ਆਪਾਂ ਨਸ਼ਿਆਂ ਤੋਂ ਦੂਰ ਕਰਕੇ ਇਸ ਖੇਡ ਦੇ ਨਾਲ ਆਪਾਂ ਜਿਹੜਾ ਜੋੜਦੇ ਹਾਂ ਇਹਨਾਂ ਨੂੰ ਇਹ ਬਹੁਤ ਵੱਡੀ ਇੱਕ ਕੋਸ਼ਿਸ਼ ਆ ਮੈਂ ਇੱਥੇ ਖਾਸ ਤੌਰ 'ਤੇ ਧੰਨਵਾਦ ਕਰਦਾ ਸਰਦਾਰ ਕਰਤਾਰ ਸਿੰਘ ਪਹਿਲਵਾਨ ਦਾ ਜਿਹਨਾਂ ਨੇ ਮੈਨੂੰ ਇੱਥੇ ਬੁਲਾਇਆ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਮੈਚ ਦੇਖਦਾ ਪਿਆ ਲਾਈਵ ਜਿਹੜੇ ਹੋ ਰਹੇ ਆ ਕਿੰਨੇ ਇਮਾਨਦਾਰੀ ਨਾਲ ਕਿੰਨੇ ਓਨੈਸਟ ਨਾਲ ਹੋ ਰਹੇ ਆ ਮੈਂ ਤਕਰੀਬਨ ਮੈਨੂੰ ਬੜਾ ਮੌਕਾ ਮਿਲਦਾ ਇਹਨਾਂ ਦੇ ਨਾਲ ਸਮਾਂ ਸਪੈਂਡ ਕਰਦਾ ਮੈਂ ਭਲਵਾਨ ਜੀ ਦੇ ਨਾਲ ਔਰ ਅਸੀਂ ਤਕਰੀਬਨ ਰਲ ਕੇ ਜਿੰਨੇ ਵੀ ਸੋਸ਼ਲ ਕੋਜ਼ ਹੈਗੇ ਆ ਚਾਹੇ ਉਹ ਕੋਈ ਸ਼ਹਿਰ ਦੀ ਸਫਾਈ ਹੋਵੇ ਚਾਹੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੋਵੇ ਉਹਦੇ 'ਚ ਅਸੀਂ ਤਕਰੀਬਨ ਇਕੱਠੇ ਰਲ ਕੇ ਕਾਫੀ ਜਿਹੜੀ ਕੰਟਰੀਬਿਊਸ਼ਨ ਅਸੀਂ ਕਰਦੇ ਹਾਂ। ਬੜੀ ਵਧੀਆ ਗੱਲ ਆ ਅਤੇ ਬੜੇ ਅੱਛੇ ਵਿਚਾਰ ਨੇ ਸਰਦਾਰ ਮਹਿੰਦਰ ਸਿੰਘ ਹੋਰਾਂ ਦੇ ਅਤੇ ਅਸੀਂ ਉਮੀਦ ਕਰ ਰਹੇ ਹਾਂ ਵੀ ਇਸੇ ਤਰ੍ਹਾਂ ਹੀ ਇਹ ਮਿਲ ਕੇ ਜਿਹੜੀ ਇੱਕ ਕੰਟਰੀਬਿਊਸ਼ਨ ਆ ਜਿਹੜੀ ਸਮਾਜ ਦੇ ਭਲੇ ਲਈ ਉਹ ਕਰ ਦੇਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ। ਓਵਰ ਟੂ ਕੁਸ਼ਤੀ।